ਸਤਿ ਸ਼੍ਰੀ ਅਕਾਲ ਵੀਰੇ, ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜੱਟਾਂ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਵੀਰੇ। ਹਾਂਜੀ, ਸਵਾਗਤ ਹੈ ਵੀਰੇ ਜੱਟਾਂ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਆ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, 98783-9042। ਜੇਕਰ ਤੁਸੀਂ ਵੀਰੇ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ, ਜਿਵੇਂ ਟਰੈਕਟਰ, ਟਰਾਲੀ, ਕਾਰ, ਜੀਪ, ਹਲ, ਤਵੀਆਂ, ਤਾਂ ਉਹਦੀਆਂ 4-5 ਫੋਟੋਆਂ ਅਤੇ ਲੋੜੀਂਦੀ ਜਾਣਕਾਰੀ ਸਾਨੂੰ ਸਾਡੀ ਇਸ ਨੰਬਰ 'ਤੇ ਭੇਜ ਕੇ ਆਪਣੀ ਔਰ ਸਾਡੀ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹੋ। ਥੈਂਕ ਯੂ ਵੀਰੇ। ਅਤੇ ਇੱਕ ਵੀਰੇ, ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ, ਉਹਦਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਦੱਸਿਆ ਕਰਨ। ਉਹਨਾਂ ਕੁ ਰੇਟ ਦੱਸਿਆ ਕਰੋ ਵੀਰੇ ਜਿੰਨੀ ਕੁ ਦੀ ਮਸ਼ੀਨਰੀ ਹੋਵੇ। ਜਦੋਂ ਕਿਸੇ ਮਸ਼ੀਨਰੀ ਦਾ ਰੇਟ ਜ਼ਿਆਦਾ ਹੁੰਦਾ ਤਾਂ ਵੀਰਾਂ ਦੇ ਕਮੈਂਟਸ ਆਉਂਦੇ ਆ ਕਿ ਰੇਟ ਜ਼ਿਆਦਾ, ਇਸ ਕਰਕੇ ਜੇ ਕੋਈ ਵੀ ਰੇਟ ਜ਼ਿਆਦਾ ਦੱਸੂਗਾ ਆਪਾਂ ਉਹਦੀ ਐਡ ਆਪਣੇ ਚੈਨਲ 'ਤੇ ਨਹੀਂ ਕਰਨੀ। ਥੈਂਕ ਯੂ ਵੀਰੇ। ਅਤੇ ਇੱਕ, ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ, ਉਹਦਾ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਆ, ਇਹ ਜ਼ਰੂਰ ਦੱਸਦਿਆ ਕਰਨ। ਜਦੋਂ ਵੀਰੇ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਤੁਹਾਡੀ ਐਡ ਲੇਟ ਹੋ ਜਾਂਦੀ ਹੈ, ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਥੈਂਕ ਯੂ ਵੀਰੇ। ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ, 2 ਜੈਨ ਗੱਡੀਆਂ, ਮਹਿੰਦਰਾ ਬਲੈਰੋ ਗੱਡੀ, ਮਾਰੂਤੀ ਸੁਜ਼ੂਕੀ ਸਵਿਫਟ ਡਿਜ਼ਾਇਰ ਗੱਡੀ, ਮਾਰੂਤੀ ਸੁਜ਼ੂਕੀ ਜਿਪਸੀ ਅਤੇ ਟੋਇਟਾ ਨੋਵਾ ਗੱਡੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮਾਰੂਤੀ ਸੁਜ਼ੂਕੀ ਜੈਨ ਗੱਡੀ ਦੀ। ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਇਹ ਗੱਡੀ ਵੀਰੇ LXi ਮਾਡਲ ਹੈ, ਪਾਵਰ ਸਟੀਅਰਿੰਗ ਹੈ ਅਤੇ ਵੀਰੇ ਪੈਟਰੋਲ ਵਾਲੀ ਗੱਡੀ ਹੈ। ਬਾਕੀ ਵੀਰੇ ਗੱਡੀ 2005 ਮਾਡਲ ਹੈ ਅਤੇ ਗੱਡੀ ਮੁਕਤਸਰ ਏਰੀਏ ਵਿਖੇ ਖੜ੍ਹੀ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਗੱਡੀ ਦੇ ਵੀਰੇ ਪਹਿਲੇ ਬੰਪਰ 'ਤੇ ਥੋੜ੍ਹੀ ਟੱਚਿੰਗ ਹੋਈ ਹੈ, ਬਾਕੀ ਗੱਡੀ ਦਾ ਰੰਗ ਪੇਂਟ ਇਕਦਮ ਸਾਫ਼ ਪਿਆ, ਇਕਦਮ ਆਲ ਓਰਿਜਨਲ ਰੰਗ ਪੇਂਟ ਹੈ ਵੀਰੇ, ਇਕੱਲੇ ਅਗਲੇ ਬੰਪਰ 'ਤੇ ਰੰਗ ਪੇਂਟ ਹੋਇਆ ਹੋਇਆ, ਬਾਕੀ ਗੱਡੀ ਨੂੰ ਕਿਤੋਂ ਵੀ ਰੰਗ ਪੇਂਟ ਨਹੀਂ ਕੀਤਾ ਗਿਆ ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਨ ਪਾਰਟਸ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰਿਜਨਲ ਗੱਡੀ ਹੈ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਖੜ੍ਹੀ ਹੈ ਅਤੇ ਗੱਡੀ ਦੇ ਉਹ ਟਾਇਰ ਹੈ, ਚਾਰੇ ਟਾਇਰ ਬਿਲਕੁਲ ਨਵੇਂ ਨੇ, ਇਕਦਮ ਵੀਰੇ ਸਾਫ਼ ਸੁਥਰੇ, ਬਿਲਕੁਲ ਬੇਦਾਗ ਟਾਇਰ ਹੈ। ਅਤੇ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ, ਇਕਦਮ ਸਾਫ਼ ਏ ਕਲਾਸ ਦਾ ਇੰਟੀਰੀਅਰ ਲੱਗਿਆ ਹੋਇਆ ਹੈ। ਗੱਡੀ ਦੇ ਵੀਰੇ ਬਿਲਕੁਲ ਨਵੇਂ ਸੀਟ ਕਵਰਸ ਨੇ, ਸੀਟ ਕਵਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਬਾਕੀ ਵੀਰੇ ਅੱਗੇ ਡੈਸ਼ਬੋਰਡ ਵਧੀਆ ਹਾਲ ਦੇ ਵਿੱਚ ਪਿਆ ਹੈ ਅਤੇ ਗੱਡੀ ਦਾ ਵੀਰੇ AC ਹੀਟਰ ਓਕੇ ਹੈ, ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ। ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਇੰਜਨ ਗੇਅਰ ਦੀ ਗੱਡੀ ਫੁੱਲ ਓਕੇ ਹੈ, ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ ਅਤੇ ਮਾਲਕ ਵੀਰ ਵੀਰੇ ਗੱਡੀ ਦਾ ਰੇਟ ਫੋਨ 'ਤੇ ਕਰਨਗੇ। ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 6283-62549, ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ। ਥੈਂਕ ਯੂ ਵੀਰੇ। ਅਤੇ ਇੱਕ ਵੀਰੇ, ਕੋਈ ਵੀ ਮਸ਼ੀਨਰੀ ਖਰੀਦਣ ਸਮੇਂ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆ ਸਕੇ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਮਹਿੰਦਰਾ ਬਲੈਰੋ ਗੱਡੀ ਦੀ। ਇਹ ਗੱਡੀ 2010 ਮਾਡਲ ਹੈ ਅਤੇ ਗੱਡੀ ਵੀਰੇ 2010 ਦੇ 11ਵੇਂ ਮਹੀਨੇ ਵਿੱਚ ਆਈ ਹੋਈ ਹੈ ਅਤੇ ਇਹ ਗੱਡੀ ਵੀਰੇ ਜ਼ਿਲ੍ਹਾ ਬਰੋਲੀ ਵਿਖੇ ਖੜ੍ਹੀ ਹੈ ਜੋ ਕਿ UP ਵਿੱਚ ਪੈ ਜਾਂਦਾ ਹੈ ਅਤੇ ਗੱਡੀ ਦਾ ਵੀਰੇ ਪੰਜਾਬ ਦਾ ਨੰਬਰ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਗੱਡੀ ਦਾ ਵੀਰੇ ਇਕਦਮ ਆਲ ਓਰਿਜਨਲ ਰੰਗ ਪੇਂਟ ਹੈ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਹੈ, ਕਿਤੋਂ ਵੀ ਗੱਡੀ ਨੂੰ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ, ਇਕਦਮ ਵਧੀਆ ਹਾਲ ਦੇ ਵਿੱਚ ਰੰਗ ਪੇਂਟ ਪਿਆ ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਨ ਪਾਰਟਸ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰਿਜਨਲ ਗੱਡੀ ਹੈ ਵੀਰੇ। ਅਤੇ ਗੱਡੀ ਦੇ ਉਹ ਟਾਇਰ ਹੈ, ਅਗਲੇ ਟਾਇਰ ਬਿਲਕੁਲ ਨਵੇਂ ਨੇ ਅਤੇ ਪਹਿਲੇ ਟਾਇਰ 50 ਪੈਸੇ ਨੇ,
ਇਕਦਮ ਸਾਫ਼ ਸੁਥਰੇ ਬਿਲਕੁਲ ਬੇਦਾਗ ਟਾਇਰ ਪਏ ਹੈ। ਅਤੇ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ, ਇਕਦਮ ਸਾਫ਼ ਏ ਕਲਾਸ ਦਾ ਇੰਟੀਰੀਅਰ ਹੈ, ਲੈਦਰ ਦੇ ਸੀਟ ਕਵਰ ਲੱਗੇ ਹੋਏ ਨੇ, ਅਤੇ ਗੱਡੀ ਵੀਰੇ ਪਾਵਰ ਬ੍ਰੇਕ, ਪਾਵਰ ਵਿੰਡੋਜ਼ ਅਤੇ ਪਾਵਰ ਸਟੇਅਰਿੰਗ ਦੇ ਨਾਲ ਹੈ। ਗੱਡੀ ਦਾ ਵੀਰੇ ਏ ਸੀ ਟਰੇ ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ, ਬਾਕੀ ਮਾਲਕ ਵੀਰ ਨੇ ਗੱਡੀ ਸਰਵਿਸ ਕਰਵਾਈ ਹੋਈ ਹੈ। ਗੱਡੀ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ, ਇਕਦਮ ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਖੜ੍ਹੀ ਹੈ। ਇੰਜਣ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ। ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ, ਅਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 370,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 82-793-87-792 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਮਾਰੂਤੀ ਸੁਜ਼ੂਕੀ ਸਵਿਫਟ ਡੀਆਰ BDI ਗੱਡੀ ਬਾਰੇ। ਡੀਜ਼ਲ ਵਾਲੀ ਗੱਡੀ ਹੈ ਵੀਰੇ, ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਇਹ ਗੱਡੀ 2011 ਮਾਡਲ ਹੈ, ਅਤੇ ਗੱਡੀ ਲੁਧਿਆਣੇ ਏਰੀਏ ਵਿਖੇ ਖੜ੍ਹੀ ਹੈ। ਗੱਡੀ ਦਾ ਵੀਰੇ ਆਲ ਓਰੀਜਨਲ ਰੰਗ ਪੇਂਟ ਹੈ, ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ, ਕਿਤੋਂ ਵੀਰੇ ਰੰਗ ਪੇਂਟ ਖਰਾਬ ਨਹੀਂ ਹੋਇਆ, ਕਿਤੋਂ ਲਿਹਾ ਨਹੀਂ ਹੋਇਆ, ਇਕਦਮ ਸ਼ਾਈਨਿੰਗ ਦੇ ਵਿੱਚ ਰੰਗ ਪੇਂਟ ਪਿਆ। ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਨ ਪਾਰਟਸ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਗੱਡੀ ਹੈ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਖੜ੍ਹੀ ਹੈ। ਅਤੇ ਗੱਡੀ ਦੇ ਉਹ ਟਾਇਰ ਹੈ, ਚਾਰੇ ਟਾਇਰ ਬਿਲਕੁਲ ਨਵੇਂ ਨੇ, ਅਤੇ ਚਾਰੇ ਟਾਇਰਾਂ 'ਤੇ ਵੀਲ ਕੱਪ ਚੜੇ ਹੋਏ ਹੈ, ਬਾਕੀ ਵੀਰੇ ਤੁਸੀਂ ਵੀ ਦੇਖ ਸਕਦੇ ਹੋ। ਅਤੇ ਗੱਡੀ ਦੀਆਂ ਵੀਰੇ ਮੀਟਰ ਦੀਆਂ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਇਹ ਗੱਡੀ ਵੀਰੇ 152,000 ਕਿਲੋਮੀਟਰ ਚੱਲੀ ਹੋਈ ਹੈ। ਬਾਕੀ ਵੀਰੇ ਟਾਇਰਾਂ ਦੀਆਂ ਫੋਟੋਆਂ ਸ਼ੋ ਹੋ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਗੱਡੀ ਦੇ ਵੀਰੇ ਇੰਟੀਰੀਅਰ ਬਾਰੇ ਗੱਲ ਕਰੀਏ, ਇਕਦਮ ਸਾਫ਼ ਏ ਕਲਾਸ ਦਾ ਇੰਟੀਰੀਅਰ ਲੱਗਿਆ ਹੋਇਆ ਹੈ। ਗੱਡੀ ਦੇ ਵੀਰੇ ਲੈਦਰ ਸੀਟ ਕਵਰਜ ਨੇ, ਗੱਡੀ ਪਾਵਰ ਬ੍ਰੇਕ, ਪਾਵਰ ਵਿੰਡੋਜ਼ ਅਤੇ ਪਾਵਰ ਸਟੇਅਰਿੰਗ ਦੇ ਨਾਲ ਹੈ। ਪੰਜਾਬ ਨੰਬਰ ਗੱਡੀ ਹੈ ਵੀਰੇ, ਇਕਦਮ ਏ ਕਲਾਸ ਕੰਡੀਸ਼ਨ ਦੇ ਵਿੱਚ ਖੜ੍ਹੀ ਹੈ। ਗੱਡੀ ਦਾ ਵੀਰੇ ਏ ਸੀ ਹੀਟਰ ਬਿਲਕੁਲ ਓਕੇ ਹੈ, ਮਾਲਕ ਵੀਰ ਨੇ ਗੱਡੀ ਸਰਵਿਸ ਕਰਵਾਈ ਹੋਈ ਹੈ। ਗੱਡੀ ਖਰੀਦਣ ਤੋਂ ਬਾਅਦ ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ, ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ। ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ, ਅਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 300,000 ਰੁਪਏ। ਬਾਕੀ ਵੀਰੇ ਮੌਕੇ 'ਤੇ ਹਲਕਾ ਫੁਲਕਾ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 94-787-58-018 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਟੋਟਾ ਨੋਵਾ G4 ਗੱਡੀ ਬਾਰੇ। ਇਹ ਗੱਡੀ 2006 ਮਾਡਲ ਹੈ, ਅਤੇ ਗੱਡੀ ਵੀਰੇ ਬਟਾਲਾ ਏਰੀਆ ਵਿਖੇ ਖੜ੍ਹੀ ਹੈ। ਪੰਜਾਬ ਨੰਬਰ ਗੱਡੀ ਹੈ, ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਗੱਡੀ ਦਾ ਵੀਰੇ ਇਕਦਮ ਸਾਫ਼ ਰੰਗ ਪੇਂਟ ਪਿਆ, ਕਿਤੋਂ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ, ਕਿਤੋਂ ਖਰਾਬ ਨਹੀਂ ਹੋਇਆ, ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਹੈ। ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਨ ਪਾਰਟਸ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਗੱਡੀ ਹੈ ਵੀਰੇ। ਅਤੇ ਗੱਡੀ ਦੇ ਉਹ ਟਾਇਰ ਹੈ, ਚਾਰੇ ਟਾਇਰ 50 ਪੈਸੇ ਨੇ, ਅਤੇ ਚਾਰੇ ਟਾਇਰਾਂ ਦੇ ਵੀਰੇ ਵੀਲ ਕੱਪ ਚੜੇ ਹੋਏ ਹੈ, ਬਾਕੀ ਤੁਸੀਂ ਖੁਦ ਵੀ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਅਤੇ ਗੱਡੀ ਦੇ ਵੀਰੇ ਇੰਟੀਰੀਅਰ ਬਾਰੇ ਗੱਲ ਕਰੀਏ, ਇਕਦਮ ਸਾਫ਼ ਏ ਕਲਾਸ ਦਾ ਇੰਟੀਰੀਅਰ ਲੱਗਿਆ ਹੋਇਆ, ਵਧੀਆ ਵੀਰੇ ਸੀਟ ਕਵਰ ਪਏ ਹੈ, ਕਿਤੋਂ ਫਟੇ ਵਗੈਰਾ ਨਹੀਂ ਹੋਏ, ਨੀਚੇ ਵੀਰੇ ਸਾਫ਼ ਮੈਟ ਪਏ ਹੈ, ਬਾਕੀ ਤੁਸੀਂ ਡੈਸ਼ਬੋਰਡ ਦੇਖ ਸਕਦੇ ਹੋ, ਇਕਦਮ ਸਾਫ਼ ਡੈਸ਼ਬੋਰਡ ਪਿਆ। ਅਤੇ ਗੱਡੀ ਦੇ ਵੀਰੇ 3-ਸੀਟਰ AC ਲੱਗਿਆ ਹੋਇਆ, ਇਕਦਮ ਏ ਕਲਾਸ ਕੰਡੀਸ਼ਨ ਵਿੱਚ AC ਚੱਲਦਾ। ਗੱਡੀ ਵੀਰੇ ਪਾਵਰ ਬ੍ਰੇਕ, ਪਾਵਰ ਵਿੰਡੋਜ਼ ਅਤੇ ਪਾਵਰ ਸਟੇਅਰਿੰਗ ਦੇ ਨਾਲ ਹੈ। ਬਾਕੀ ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ,
ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ। ਅਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 3,10,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 98 54 52 292। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਮਾਰੂਤੀ ਸੁਜ਼ੂਕੀ ਜਿਪਸੀ ਦੀ। ਇਹ ਗੱਡੀ 1998 ਮਾਡਲ ਹੈ ਅਤੇ ਗੱਡੀ ਵੀਰੇ ਜਾਖਲ ਵਿਖੇ ਖੜ੍ਹੀ ਹੈ ਜੋ ਕਿ ਹਰਿਆਣੇ ਵਿੱਚ ਪੈ ਜਾਂਦਾ ਹੈ, ਅਤੇ ਗੱਡੀ ਦਾ ਹਰਿਆਣੇ ਦਾ ਹੀ ਨੰਬਰ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਗੱਡੀ ਦੇ ਵੀਰੇ ਥੋੜ੍ਹੀ ਬਹੁਤੀ ਟੱਚਿੰਗ ਜ਼ਰੂਰ ਹੋਈ ਹੈ, ਬਾਕੀ ਇਕਦਮ ਸਾਫ਼ ਗੱਡੀ ਖੜ੍ਹੀ ਹੈ। ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਅਨ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਗੱਡੀ ਹੈ ਵੀਰੇ। ਅਤੇ ਗੱਡੀ ਦੇ ਉਹ ਟਾਇਰ ਹੈ 50 ਪੈਸੇ ਗੱਡੀ ਦੇ ਟਾਇਰ ਨੇ, ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ ਅਤੇ ਚਾਰੇ ਟਾਇਰਾਂ ਦੇ ਵੀਰੇ ਵੀਲ ਕੱਪ ਚੜ੍ਹੇ ਹੋਏ ਹੈ। ਬਾਕੀ ਕੰਡੀਸ਼ਨ ਤੁਸੀਂ ਖੁਦ ਵੀ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਅਤੇ ਗੱਡੀ ਦੇ ਵੀਰੇ ਇਕਦਮ ਸਾਫ਼ ਸੀਟ ਕਵਰ ਪਏ ਹੈ, ਬਿਲਕੁਲ ਏ ਕਲਾਸ ਦੇ ਵਿੱਚ ਸੀਟ ਕਵਰਜ ਨੇ। ਅਤੇ ਗੱਡੀ ਵੀਰੇ ਨੌਨ ਏਸੀ ਹੈ। ਬਾਕੀ ਵੀਰੇ ਮਾਲਕ ਵੀਰ ਨੇ ਸਰਵਿਸ ਵਗੈਰਾ ਕਰਵਾਈ ਹੋਈ ਹੈ ਗੱਡੀ ਖਰੀਦਣ ਤੋਂ ਬਾਅਦ, ਤੁਹਾਨੂੰ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ। ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਅਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 1,00,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 99 142 16 524। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਮਾਰੂਤੀ ਸੁਜ਼ੂਕੀ ਜੈਨ LX ਮਾਡਲ ਦੀ। ਇਹ ਗੱਡੀ 1997 ਮਾਡਲ ਹੈ ਅਤੇ ਗੱਡੀ ਵੀਰੇ ਫਾਜ਼ਿਲਕਾ ਏਰੀ ਵਿਖੇ ਖੜ੍ਹੀ ਹੈ, ਅਤੇ ਗੱਡੀ ਦਾ UP ਦਾ ਨੰਬਰ ਹੈ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਗੱਡੀ ਦਾ ਵੀਰੇ ਰੰਗ ਪੇਂਟ ਲਿਹਾਜ਼ ਜ਼ਰੂਰ ਹੋਇਆ, ਬਾਕੀ ਇਕਦਮ ਓਰੀਜਨਲ ਰੰਗ ਪੇਂਟ ਹੈ, ਟੱਚਿੰਗ ਹੋਈ ਹੋਈ ਹੈ ਵੀਰੇ। ਅਤੇ ਗੱਡੀ ਦੇ ਸਾਰੇ ਪਾਰਟਸ ਜੈਨੂਅਨ ਨੇ, ਕੋਈ ਵੀ ਪਾਰਟ ਗੱਡੀ ਦਾ ਚੇਂਜ ਨਹੀਂ ਕੀਤਾ ਗਿਆ, ਇਕਦਮ ਆਲ ਓਰੀਜਨਲ ਗੱਡੀ ਹੈ ਵੀਰੇ। ਅਤੇ ਗੱਡੀ ਦਾ ਵੀਰੇ ਸਿੰਪਲ ਸਟੇਅਰਿੰਗ ਹੈ ਅਤੇ ਸਿੰਪਲ ਵਿੰਡੋਜ਼ ਨੇ। ਅਤੇ ਗੱਡੀ ਦੇ ਉਹ ਟਾਇਰ ਹੈ 50-60 ਪੈਸੇ ਗੱਡੀ ਦੇ ਟਾਇਰ ਪਏ ਹੈ, ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈ। ਬਾਕੀ ਵੀਰੇ ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ, ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ, ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਅਤੇ ਮਾਲਕ ਵੀਰ ਨੇ ਗੱਡੀ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 35,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 78 140 71 811। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਗੱਡੀ ਵੀਰ ਤੋਂ ਖਰੀਦ ਸਕਦਾ। ਥੈਂਕ ਯੂ ਵੀਰੇ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀਰ ਵੀ ਆਪਣੀ ਵੀਡੀਓ ਨੂੰ ਦੇਖ ਸਕਣ, ਜਿਨ੍ਹਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣੀ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਆ ਸਕੇ। ਅਤੇ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਆਪਾਂ ਡੇਲੀ 6 ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ, ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਅਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣੀ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ। ਅਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ।